Audio Jungle. Audio Jungle. ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਅਸੀਂ ਅੱਜ ਆਏ ਹਾਂ ਆਈ ਏ ਹੋਸਪਿਟਲ, ਅਤੇ ਸਾਡੇ ਕੋਲ ਇੱਕ ਕੇਸ ਆਇਆ ਸੀ ਪਰਸੋਂ ਰੋਜ਼ ਤੋਂ, ਪਿੰਡ ਥਾਨੀਆਂ ਤੋਂ। ਬੱਚਾ ਆਪਣੇ ਮਾਂ ਬਾਪ ਨਾਲ ਜਾ ਰਿਹਾ ਸੀ, 2 ਸਾਲ ਦਾ ਬੱਚਾ ਵੀ, 4 ਸਾਲ ਦਾ ਬੱਚਾ ਆਪਣੇ ਫੈਮਿਲੀ ਨਾਲ, ਮਾਤਾ ਪਿਤਾ ਨਾਲ ਜਾ ਰਿਹਾ ਸੀ ਫਗਵਾੜੇ ਵਾਲੀ ਸਾਈਡ ਨੂੰ। ਇੱਕ ਡੋਰ ਦੇ ਆਉਣ ਕਾਰਨ ਬੱਚੇ ਦੇ ਮੂੰਹ ਦੇ ਵਿੱਚ ਡੋਰ ਫਸ ਗਈ ਹੈ, ਅਤੇ ਉਹਦੇ ਕਾਫੀ ਨੁਕਸਾਨ ਹੋਇਆ, ਅਤੇ ਗਰੀਬ ਪਰਿਵਾਰ ਆ। ਅਤੇ ਬਾਕੀ ਤੁਹਾਨੂੰ ਡਿਟੇਲ ਸਾਰੀ ਖਾਲਸਾ ਜੀ ਦੱਸਣਗੇ, ਜੋ ਵੀ ਹੈਗਾ ਤੁਹਾਨੂੰ ਖਾਲਸਾ ਜੀ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ ਬਾਰੇ ਦੱਸਦਾ ਕਿ ਬੱਚੇ ਦੇ ਫਾਦਰ ਸਾਹਿਬ ਅਤੇ ਇਹਨਾਂ ਦੀ ਮਾਤਾ ਜਿਹੜੀ ਆ ਲੈ ਕੇ ਜਾ ਰਹੇ ਸੀਗੇ, ਇਹ ਉੱਧਰ ਜਾ ਰਹੇ ਸੀਗੇ ਫਗਵਾੜੇ ਸਾਈਡ। ਕੋਈ ਰਸਤੇ ਦੇ ਵਿੱਚ ਡੋਰ, ਜਿੱਦਾਂ ਪਤੰਗ ਉਡਾਉਂਦੇ ਆ ਇਹਨਾਂ ਦਿਨਾਂ ਦੇ ਵਿੱਚ ਬੱਚੇ, ਉਹ ਡੋਰ ਕੋਈ ਚੈਨਾ ਵਾਲੀ ਡੋਰ ਹੋਊਗੀ, ਉਹ ਕਿਸੇ ਗੱਡੀ ਦੇ ਵਿੱਚ ਫਸ ਕੇ ਇਹਨਾਂ ਬੱਚੇ ਦੇ ਮੂੰਹ ਦੇ ਉੱਤੇ ਫਿਰ ਗਈ। ਉਹ ਸਾਰਾ ਮੂੰਹ ਉਹਨਾਂ ਨੇ ਵੱਢ ਦਿੱਤਾ, ਡੋਰ ਨੇ ਵੱਢ ਦਿੱਤਾ ਬੱਚੇ ਦਾ ਜਿਹੜਾ ਮੂੰਹ ਸੀਗਾ, ਅਤੇ ਕਾਫੀ ਜ਼ਿਆਦਾ ਸਟਿਚਿਜ ਇੱਧਰ ਨੂੰ ਵੀ ਲੱਗੇ ਹੋਏ ਆ ਗਰਦਨ ਤੱਕ, ਅਤੇ ਇੱਧਰ ਦੋਨਾਂ ਸਾਈਡਾਂ ਦੇ ਉੱਤੇ ਸਟਿਚਿਜ ਲੱਗੇ ਹੋਏ ਆ। ਅਤੇ ਉਹ ਵੀ ਚਲੋ ਟਾਈਮ ਦੇ ਨਾਲ ਉੱਥੇ ਢਾਹਾਂ ਵਾਲਿਆਂ ਨੇ ਜਵਾਬ ਦੇ ਦਿੱਤਾ, ਆਈ ਬੀ ਵਾਈ ਕੋਲ ਲਿਆ ਇਹਨਾਂ ਦੇ ਹੋਸਪਿਟਲ ਨੇ, ਚਲੋ ਡਾਕਟਰ ਨੇ ਟਾਈਮ ਦੇ ਨਾਲ ਬੱਚੇ ਨੂੰ ਸਾਂਭ ਲਿਆ, ਅਤੇ ਇਲਾਜ ਇਹਨਾਂ ਦਾ ਟ੍ਰੀਟਮੈਂਟ ਕਰ ਦਿੱਤਾ। ਇਹ ਵੀਰ ਥਾਂਦੀਆਂ ਪਿੰਡ ਤੋਂ ਹੈਗਾ ਜੀ, ਅਮਰਜੀਤ ਨਾਮ ਆ ਇਹਦਾ। ਅਤੇ ਬੱਚੇ ਨੂੰ ਲੈ ਕੇ ਇੱਥੇ ਇਹਨਾਂ ਦੇ ਕੋਲ ਪੈਸੇ ਵੀ ਨਹੀਂ ਸੀਗੇ। ਵੱਡੀ ਗੱਲ ਇਹ ਆ ਕਿ ਇਹ ਗਰੀਬ ਬੰਦਾ ਮੁੰਡਾ, ਜਿੱਦਾਂ ਦਿਹਾੜੀ ਟੱਪਾ ਕਰਦਾ ਆ ਆਪਣਾ, ਅਤੇ ਜਿੰਨਾ ਕੁ ਕਮਾਉਂਦਾ ਆ ਉਹ ਖਾਂਦਾ ਆ। ਅਤੇ ਵੀਰ ਆ ਜਿਹੜੇ ਇਹਨਾਂ ਨੇ ਹੈਲਪ ਕੀਤੀ ਆ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਅਤੇ ਸਾਡੇ ਹਰਸ਼ ਵੀਰ ਇੱਕ ਕੋਲ ਤੇ ਉਹ ਇੱਥੇ ਪਹੁੰਚੇ ਆ, ਉਹ ਵੀ ਇਹਨਾਂ ਦੀ ਹੈਲਪ ਕਰਕੇ ਗਏ ਆ 5,000 ਰੁਪਏ ਦੀ। ਅਤੇ ਸਾਡੇ ਨਾਲ ਬਾਕੀ ਸਾਡੇ ਜੇਈ ਸਾਹਿਬ SS ਯਾਦ ਆਏ ਆ, ਅਤੇ ਪ੍ਰਸ਼ਾਸਕ ਨੂੰ ਮੈਸੇਜ ਦੇਣਾ ਚਾਹੁੰਦੇ ਆ। ਅਤੇ ਬਾਕੀ ਸਾਡੇ ਫੈਮਿਲੀ ਗਰੀਬ, ਬਹੁਤ ਜ਼ਿਆਦਾ ਪੂਅਰ ਗਰੀਬ ਸੀਗੀ ਫੈਮਿਲੀ, ਜਿਹਦੇ ਲੋਕਾਂ ਨੇ, ਮੈਂ ਵਾਰ ਵਾਰ ਇਹ ਕਹਿੰਦਾ ਕਿ ਜਿਨ੍ਹਾਂ ਨੇ ਤਿਲ ਇਕੱਠਾ ਕਰਕੇ ਇਹਲੇ ਭੇਜਿਆ ਆ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਅਤੇ ਬਾਕੀ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਧੇ ਪੈਸੇ ਇਹਨਾਂ ਦੇ ਮਾਫ਼ ਕਰਤੇ ਆ, ਕਿ ਜਿਹੜਾ 5,000 ਰੁਪਈਆ ਖਰਚਾ ਆ ਉਹ 2,500 ਰੁਪਈਆ ਪਰ ਡੇ ਦੇ ਹਿਸਾਬ ਨਾਲ ਲਊਗੇ। ਅਤੇ ਸਾਡੀ ਡਾਕਟਰ ਸਾਹਿਬ ਨਾਲ ਵੀ ਗੱਲ ਹੋ ਗਈ ਆ, ਅਤੇ ਬਾਕੀ ਸਾਡੇ SS ਯਾਦ ਆਪਣੇ ਤੁਹਾਡੇ ਨਾਲ ਗੱਲ ਕਰ। ਸਾਰੀ ਗੱਲਬਾਤ ਜਿਹੜੀ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਖਾਲਸਾ ਜੀ ਔਰ ਮੇਰੇ ਭਾਅ ਜੀ ਜਸਵੀਰ ਜੀ, ਉਹਨਾਂ ਨੇ ਸਾਨੂੰ ਸਾਰੀ ਦੱਸੇ ਦਿੱਤੀ ਆ। ਸਮਾਜ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਬੁਰਾਈਆਂ ਆ ਵੀ ਜਿਹੜੀਆਂ ਔਰਗੇਨਾਈਜੇਸ਼ਨਾਂ ਹੈਗੀਆਂ, ਸਮਾਜ ਸੇਵੀ ਸੰਸਥਾਵਾਂ ਆ, ਉਹਨਾਂ ਨੇ ਬਹੁਤ ਬੜਾ ਢਿੱਲ ਦਾ ਜ਼ੋਰ ਲਾਇਆ ਆ ਵੀ ਇਹਨਾਂ ਨੂੰ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚੋਂ ਰਿਮੂਵ ਕੀਤਾ ਜਾਵੇ। ਲੇਕਿਨ ਫਿਰ ਵੀ ਜਿਹੜੀ ਆ ਨਾ ਸਮਾਜ ਵੀ ਜਿਹੜਾ ਆ ਉਹ ਵੀ ਸਮਝਦਾ ਨਹੀਂ ਹੈਗਾ, ਕਈ ਕੰਮ ਇੱਦਾਂ ਦੇ ਹੁੰਦੇ ਜਿਹੜੇ ਪ੍ਰਸ਼ਾਸਨਿਕ ਤੌਰ ਦੇ ਉੱਤੇ ਜਿਹੜੇ ਆ ਉਹ ਵਧੀਆ ਢੰਗ ਦੇ ਨਾਲ ਜਿਹੜੇ ਆ ਉਹ ਕੀਤੇ ਜਾ ਸਕਦੇ ਆ। ਅਤੇ ਮੈਂ ਬੇਨਤੀ ਕਰਦਾ ਕਿ ਇਹ ਚਾਈਨਾ ਦੀ ਜਿਹੜੀ ਡੋਰ ਦਾ ਕੋਈ ਮਾਮਲਾ, ਇਹ ਪਹਿਲਾ ਮਾਮਲਾ ਨਹੀਂ ਹੈਗਾ, ਇਹ ਅੱਗੇ ਵੀ ਬਹੁਤ ਸਾਰੇ ਇੱਦਾਂ ਦੇ ਕੇਸ ਜਿਹੜੇ ਆਏ ਆ। ਪਤਾ ਨਹੀਂ ਕਿਉਂ ਨੇ ਪ੍ਰਸ਼ਾਸਨ ਜਿਹੜਾ ਆ ਉਹ ਸੁੱਤਾ ਪਿਆ ਆ, ਵੀ ਫਿਰ ਵੀ ਧੜੱਲੇ ਦੇ ਨਾਲ ਜਾਣੀ ਕਿ ਨਾ ਵੀ ਇਹ ਚੀਜ਼ਾਂ ਜਿਹੜੀਆਂ ਇਹ ਬਾਜ਼ਾਰ ਦੇ ਵਿੱਚ ਵਿਕਦੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਜਿਹੜੀਆਂ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਹ 'ਤੇ ਜਿਹੜਾ ਹੈਗਾ ਸੰਪੂਰਨ ਤੌਰ 'ਤੇ ਕਰੜਾ ਹੱਥ ਪਾ ਕੇ ਜਿਹੜੇ ਵੀ ਜਿਹੜੇ ਦੁਕਾਨਦਾਰ ਆ ਉਹ ਜਾਣੀ ਕਿ ਇੱਕ ਛੋਟੇ ਜਿਹੇ ਇੱਕ ਫਾਇਦੇ ਦੇ ਲਈ ਜਾਣੀ ਕਿ ਨਾ ਆਪਣਾ ਇਹ ਚੀਜ਼ ਜਿਹੜਾ ਕੰਮ ਕਰ ਰਹੇ ਆ, ਅਤੇ ਉੱਥੇ ਮੈਂ ਸਮਾਜ ਦੇ ਵੀ ਜਿਹੜੇ ਆ ਬਹੁਤ ਸਾਰੇ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੂੰ ਵੀ ਮੈਂ ਅਗਾਹ ਕਰੂੰਗਾ ਵੀ ਜਿੱਥੇ ਵੀ ਜਾਣੀ ਕਿ ਬੱਚੇ ਜਿਹੜੇ ਕੋਈ ਪਤੰਗ ਉਡਾਉਂਦਾ ਤਾਂ ਉਹ ਤਾਂ ਇੱਥੇ ਧਰਤੀ ਦੇ ਉੱਤੇ ਹੁੰਦਾ ਆ। ਜੇ ਕਿਸੇ ਤੁਹਾਡੇ ਇੱਧਰ ਉੱਧਰ ਕੋਈ ਵੀ ਆ ਉਹਨੂੰ ਜਿਹੜਾ ਆ ਮੋਟੀਵੇਟ ਕਰਨਾ ਚਾਹੀਦਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ। ਸੋ ਮੈਂ ਸਾਡੇ ਸਤਿਕਾਰਯੋਗ ਜਸਵੀਰ ਜੀ ਔਰ ਖਾਲਸਾ ਜੀ ਔਰ ਇਹ ਸਾਥੀ ਜਿਹੜੇ ਹੈਗੇ ਆ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕਦੀ ਆ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬਾਕੀ ਇਹ ਆਪਣਾ ਕੰਟੈਕਟ ਨੰਬਰ ਜਿਹੜਾ ਤੁਹਾਨੂੰ ਦੱਸ ਦੇਣਗੇ ਅਤੇ ਇੱਥੇ IBY ਹੋਸਪਿਟਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਥਾਂਦੀ ਹੈ, ਮੈਂ ਫਗਵਾੜਾ ਸਾਈਡ ਜਾ ਰਿਹਾ ਸੀ ਰਿਸ਼ਤੇਦਾਰਾਂ ਦੇ, ਰਸਤੇ ਦੇ ਵਿੱਚ ਪਤੰਗ ਦੀ ਡੋਰ ਅਚਾਨਕ ਆ ਡਿੱਗੀ ਅਤੇ ਮੇਰੇ ਬੱਚੇ ਦਾ ਮੂੰਹ ਕੱਟਿਆ ਗਿਆ ਇੱਥੋਂ ਸਾਰਾ। ਅਤੇ ਮੈਂ ਗਰੀਬ ਪਰਿਵਾਰ ਤੋਂ ਹੈਗਾ ਅਤੇ ਮੈਂ ਦਿਹਾੜੀ ਕਰਦਾ ਹਾਂ, ਅਤੇ ਬਹੁਤ ਜ਼ਿਆਦਾ ਔਖਾ ਹੈ, ਡੋਰਾਂ ਨੂੰ ਬੰਦ ਕਰਨੇ ਚਾਹੀਦਾ ਆ ਅਤੇ ਗਾਂ ਕਿਸੇ ਨਾਲ ਇੱਦਾਂ ਹੋਵੇ ਨਾ। ਅਤੇ ਇਹ ਭਾਅ ਜੀ ਹੁਣੀ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਆ, ਅਤੇ ਨਗਰ ਤੋਂ ਵੀ ਮੇਰੇ ਪਿੰਡ ਤੋਂ ਵੀ ਸਾਰਿਆਂ ਨੇ ਹੈਲਪ ਕੀਤੀ ਆ, ਜਿੰਨੇ ਯੋਗੇ ਸੀਗੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਅਤੇ ਜੇ ਕੋਈ ਭਰਾ ਮੇਰਾ ਸਹਾਇਤਾ ਕਰਨਾ ਚਾਹੁੰਦਾ ਆ, ਮੇਰਾ ਨੰਬਰ 8146-40-8-76 ਆ ਜੀ। ਬਾਕੀ ਆਪਣੇ ਵੀਰ ਦੀ 50,000 ਰੁਪਏ ਦੀ ਹੈਲਪ ਅਸੀਂ ਕਰ ਦਿੱਤੀ ਆ, ਅਤੇ ਥੋੜ੍ਹੇ ਬਹੁਤੇ ਡਿਸਕਾਊਂਟ ਵੀ ਕਰਾ ਦਿੱਤੇ ਆ ਹੋਸਪਿਟਲ ਨੂੰ। ਜੇ ਕੋਈ ਵੀਰ ਸਾਡੇ ਮਤਲਬ
कोई भी इन्हें सीधा संपर्क कर सकता जे कोई मतलब बच्चे की कोई सहायता करना चाहते हैं इन्हें कॉल करके सहायता कर सकता। वाहेगुरु जी नंबर अपना भाजी द्वारा बोल दें 8146 4648 76। जतिंद्रपाल सिंह कलेर की खास रिपोर्ट। प्रभु परमात्मा राम देव साहब ठीक है ना पुत्तों तू ठीक है ना ठीक है ना हाँ जीवते भी है पुत्त जी तू ठीक है ना वेरी गुड ठीक हो जाना पुत्त ने